बाद अर्ज यह है कि मैं कुछ मतलब स्पेशल तो तैयार नहीं करके लाया था, ना ही मुझे पता था, लेकिन ये भाइयों की मोहब्बत थी। तो छोटी सी नजम है, नजम का नाम है करप्शन। इसमें ना एक वकील साहब की डेथ हो जाती है, वो कब्र में जाते हैं और उधर वहां जाके जो वकील साहब और फरिश्ते के दरमियान जो मुकालमा डायलॉग होता है वो भाइयों की खिदमत पेश करने का। कबर च रात सी, वकील साहब दसते हैं कबर च रात सी, बड़ा ही सुकून सी। स्कूल का लेवल चेक कीजिएगा। अंदर कबर च रात सी, बड़ा ही सुकून सी, ना उत्थे फैलां सन ना उत्थे सुकून सी। अंदर कबर च रात सी, बड़ा ही सुकून सी, ना उत्थे फैलां सन ना उत्थे सुकून सी, ना उत्थे किल किल ताड़ी पर जाई ना उत्थे किल किल ताड़ी पर जाएगी, ना सी लड़ाई उत्थे सोहरे ते जवाई। अंदर चिट्टे मेरे कपड़े किसा बंदे चिट्टे मेरे कपड़े ते इट दा सराहना सी, अत्तरां दे बुल्ले मेरा सजना सजाना सी। अंदर कबर च रात सी, बड़ा ही सुकून सी, ना उत्थे फैला सन ना उत्थे फून सी, ना उत्थे किल किल ताड़ी पर जाई दी, ना सी लड़ाई उत्थे सोहरे ते जवाई दे, चिट्टे मेरे कपड़े ते इट दा सराहना सी, अत्तरां दे बुल्ले मेरा सजना सजाना सी। अंदर रात होई पिछली दा तारियां तार की, अंदर रात होई पिछली दा तारियां तार के उठा लिया फरिश्ते ने टुट गया कमाल। अंदर रात होई पिछली दा तारियां तार के उठा लिया फरिश्ते ने टुट गया कमाल। अंदर मैं दित्ती वार मुंशी नू, अंदर मैं दित्ती वार मुंशी नू कितने तुम्हें मरिया कबर में जा, अंदर मैं दित्ती वार मुंशी नू कितने तुम्हें मरिया चैंबर चुबार कड कौन आन बढ़िया। रिश्ता अंदर गला सोनिया, ਕ੍ਰਿਸ਼ਨ ਦਾ ਅੱਗੇ ਲੱਗ ਸੋਹਣਿਆ ਅੱਜ ਪੌਣਾ ਰੋਲਾ ਰੱਟਣ ਲਈ, ਕ੍ਰਿਸ਼ਨ ਦਾ ਅੱਗੇ ਲੱਗ ਸੋਹਣਿਆ ਅੱਜ ਪੌਣਾ ਰੋਲਾ ਰੱਟਣ ਲਈ, ਇਹ ਕਬਰ ਅੱਜ ਜਨਾਬ ਦੀ ਕਚਹਿਰੀ ਵਿੱਚ ਫੱਟਾ ਨਹੀਂ। ਕ੍ਰਿਸ਼ਨ ਦਾ ਅੱਗੇ ਲੱਗ ਸੋਹਣਿਆ ਅੱਜ ਪੌਣਾ ਰੋਲਾ ਰੱਟਣ ਲਈ, ਇਹ ਕਬਰ ਅੱਜ ਜਨਾਬ ਦੀ ਕਚਹਿਰੀ ਵਿੱਚ ਫੱਟਾ ਨਹੀਂ ਆਉਂਦਾ। ਆਵਾਜ਼ ਵਿੱਚ ਰੋਪ ਉਹਨੂੰ ਗੁੱਸਾ ਸੀ ਅਖੀਰ ਦਾ, ਕਿਸਾ ਬੰਦੇ ਆਵਾਜ਼ ਵਿੱਚ ਰੋਪ ਉਹਨੂੰ ਗੁੱਸਾ ਸੀ ਅਖੀਰ ਦਾ, ਮਾਰ ਰਿਹਾ ਮੈਂ ਮਰ ਗਿਆ ਮਾੜੀ ਤਕਦੀਰ ਦਾ, ਪੁੱਛਿਆ ਫੇਰ ਮੈਂ ਅਦਬਾ ਅਦਾਬਾਂ ਨਾਲ ਕਿੱਥੇ ਅੱਜ ਜਾਣਾ ਮੈਂ ਸੋਹਣਿਓ ਜਨਾਬਾਂ ਨਾਲ। ਕ੍ਰਿਸ਼ਨ ਦਾ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰ ਜੀ, ਰਿਸ਼ਤਾ ਦਾ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰੀਆਂ, ਤੇਰੇ ਵੇਟ ਵਿੱਚ ਨੇ ਜਹੰਨਮੀ ਸਵਾਰੀ। ਰਿਸ਼ਤਾ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰੀਆਂ, ਤੇਰੇ ਵੇਟ ਵਿੱਚ ਨੇ ਜਹੰਨਮੀ ਸਵਾਰੀਆਂ। ਕਿਸਾ ਬੰਦੇ ਹੌਸਲੇ ਨਾਲ ਗੱਲ ਕਰ, ਰਿਸ਼ਤੇ ਨੂੰ ਆਉਂਦੇ ਹੌਸਲੇ ਨਾਲ ਗੱਲ ਕਰ, ਰੋ ਐਵੇਂ ਪਾ ਨਾ, ਅਤੇ ਹੌਸਲੇ ਨਾਲ ਗੱਲ ਕਰ, ਰੋ ਐਵੇਂ ਪਾ ਨਾ, ਕਿੱਥੇ ਨੇ ਜਹੰਨਮਾ ਦੇ ਆਰਡਰ ਤੇ ਬੁਖਾਰ। ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਫਰਿਸ਼ਤਾਂ ਦਾ ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਏ ਦੋਸਤਾਂ ਚ ਜਾਣ ਲਈ ਵਕੀਲ ਹੋਣਾ ਕਾਫ਼ੀ। ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਏ ਦੋਸਤਾਂ ਚ ਜਾਣ ਲਈ ਵਕੀਲ ਹੋਣਾ ਕਾਫ਼ੀ। ਵਕੀਲ ਸਾਹਿਬ ਬੰਦੇ ਹੌਲੀ ਹੌਲੀ ਗੱਲ ਕਰ, ਫਰਿਸ਼ਤੇ ਬੰਦੇ ਹੌਲੀ ਹੌਲੀ ਗੱਲ ਕਰ, ਰੌਲਾ ਐਵੇਂ ਪਾ ਨਾ, ਗਵਾਂਢ ਮੇਰੇ ਸੁੱਤੇ ਨੇ ਤੇ ਸੁੱਤਿਆਂ ਜਗਾਣਾ। ਅੰਦੇ ਹੌਲੀ ਹੌਲੀ ਗੱਲ ਕਰ, ਰੌਲਾ ਐਵੇਂ ਪਾ ਨਾ, ਗਵਾਂਢ ਮੇਰੇ ਸੁੱਤੇ ਨੇ ਤੇ ਸੁੱਤਿਆਂ ਜਗਾਣਾ। ਫਰਿਸ਼ਤਾਂ ਦਾ ਗਵਾਂਢ ਤੇਰੇ ਕਿਹੜਾ ਇੱਥੇ ਸ਼ੇਰ ਸ਼ਾਹ ਬੁਖਾਰੀ ਸੀ, ਰਿਸ਼ਤਾਂ ਦਾ ਗਵਾਂਢ ਤੇਰੇ ਕਿਹੜਾ ਇੱਥੇ ਸ਼ੇਰ ਸ਼ਾਹ ਬੁਖਾਰੀ ਸੀ, ਇੱਕ ਸੀ ਪੁਲਿਸ ਵਾਲਾ ਇੱਕ ਪਟਵਾਰੀ ਸੀ। ਅਰੇ ਗਵਾਂਢ ਤੇਰੇ ਕਿਹੜਾ ਇੱਥੇ ਸ਼ੇਰ ਸ਼ਾਹ ਬੁਖਾਰੀ ਸੀ, ਇੱਕ ਸੀ ਪੁਲਿਸ ਵਾਲਾ ਇੱਕ ਪਟਵਾਰੀ ਸੀ, ਮਿਲ ਵੀ ਉਹਨਾਂ ਨੂੰ ਤੋਂ ਉੱਥੇ ਹੁਣ ਜਾ ਕੇ ਹੁਣੇ ਹੁਣੇ ਆਇਆ ਮੈਂ ਦੋਸਤਾਂ ਚ ਲਾ ਕੇ। ਵਕੀਲ ਸਾਹਿਬ ਆਉਂਦੇ ਆ, ਯਾਰ ਜਨਤਾ ਦੇ ਵਿੱਚ ਵੀ ਤਾਂ ਮਾਨਸਾਂ ਦੀ ਲੋੜ ਹੈ, ਮਾਨਸ ਵੀ ਨਹੀਂ ਇਨਸਾਨ। ਅੰਦੇ ਯਾਰ ਜਨਤਾ ਦੇ ਵਿੱਚ ਵੀ ਤਾਂ ਮਾਨਸਾਂ ਦੀ ਲੋੜ ਹੈ, ਕੋਈ ਹੋਰ ਇੱਥੋਂ ਲੈ ਜਾ ਤੈਨੂੰ ਬੰਦਿਆਂ ਦੀ ਥੋੜ੍ਹੀ। ਅੰਦੇ ਜਨਤਾ ਦੇ ਵਿੱਚ, ਜਨਤਾ ਦੇ ਵਿੱਚ ਵੀ ਤਾਂ ਮਾਨਸਾਂ ਦੀ ਲੋੜ ਹੈ, ਕੋਈ ਹੋਰ ਇੱਥੋਂ ਲੈ ਜਾ ਤੈਨੂੰ ਬੰਦਿਆਂ ਦੀ ਥੋੜ੍ਹ ਹੈ, ਨਾਲੇ ਮੈਂ ਅਫੀਸਰ ਆਫ ਕੋਰਟ ਹੈ, ਕੋਈ ਥੋੜ੍ਹਾ ਜਿਹਾ ਸਾਫ ਆਏ, ਨਾਲੇ ਨਾਲੇ ਮੈਂ ਅਫੀਸਰ ਆਫ ਕੋਰਟ ਹੈ, ਕੋਈ ਥੋੜ੍ਹਾ ਜਿਹਾ ਸਾਫ ਆ, ਤੇ ਗੱਲ ਨੂੰ ਤੇ ਚਿੱਕ ਕੇ ਕਾਨੂੰਨੀ ਜਿਹਾ ਹੈ, ਪਰ ਦੋਸਤਾਂ ਦੇ ਪਾਠ ਸਾਡੇ ਜਨਤਾ ਦੇ ਘਰ ਦੇ। ਅੰਦੇ ਮੈਂ ਅਫੀਸਰ ਆਫ ਕੋਰਟ ਹੈ, ਕੋਈ ਥੋੜ੍ਹਾ ਜਿਹਾ ਸਾਫ ਆ, ਤੇ ਗੱਲ ਨੂੰ ਤੇ ਚਿੱਕ ਕੇ ਕਾਨੂੰਨੀ ਜਿਹਾ ਹੈ, ਪਰ ਦੋਸਤਾਂ ਦੇ ਪਾਠ ਸਾਡੇ ਜਨਤਾ ਦੇ ਘਰ ਦੇ, ਕੋਈ ਚਾਹ ਪਾਣੀ ਲੈ ਪੈ ਰੱਬਾ ਦੇ ਪਤਾ। ਕਬਰ ਚ ਪੈ ਕੇ ਵੀ ਦਈ ਜਾਏ ਵੱਡੀ ਦੋਸਤ ਕੀ ਵਕੀਲਾਂ ਦਾ ਵੀ ਆਪਣਾ ਮੁਕਾਮ ਹੈ, ਫਰਿਸ਼ਤਾ ਇੰਟਰਸਟ ਕ੍ਰੀਏਟ ਕਰਦਾ ਹੈ, ਦੋਸਤ ਕੀ ਵਕੀਲਾਂ ਦਾ ਵੀ ਆਪਣਾ ਮੁਕਾਮ ਹੈ, ਸ਼ੈਤਾਨ ਘਰੇ ਚੱਕਰੀ ਤੇ ਕਰਦਾ ਸਲਾਮ। ਜਿੱਦਾਂ ਬੱਚੇ ਹੈ ਉੱਥੇ ਵੀ ਵਕਾਲਤਾਂ ਤੇ ਹੈ ਨੀ ਸੀ,
ਸਿਆਸਤਾਂ ਫਰਿਸ਼ਤਾਂ ਤਾਂ ਉੱਥੇ ਵੀ ਇਲੈਕਸ਼ਨ ਹੁੰਦੇ ਸਰਕਾਰ ਫਰਿਸ਼ਤਾਂ ਦਾ ਉੱਥੇ ਵੀ ਇਲੈਕਸ਼ਨ ਹੁੰਦੇ ਸਰਕਾਰ ਨੇ ਫਲੈਕਸ ਅਤੇ ਬੈਨਰਾਂ ਨੇ ਚੰਗੇ ਕਾਰੋਬਾਰ ਨੇ ਤੇ ਸੈਕਟਰ ਸਭਾ ਦੀਆਂ ਉੱਚੀਆਂ ਸ਼ਾਨਾਂ ਨੇ ਕੀਤੇ ਉਹਨਾਂ ਕਬਜ਼ੇ ਤੇ ਪਾਲੀਆਂ ਦੁਕਾਨਾਂ ਨੇ ਦਫ਼ਤਰ ਵਾਲ ਕੀਤਾ ਛੱਡਣਾ ਤੂੰ ਆਵੀ ਕਿਤੇ ਵਿੱਚੋਂ ਪਿਆ ਡਰਦਾ ਦੋਸਤਾਂ ਦੀ ਸੈਰ ਨੂੰ ਦਿਲ ਮੇਰਾ ਕਰਦਾ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਦੋਸਤ ਮੈਂ ਜਾ ਕੇ ਕਿਆ ਦੇਖਦੇ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਵਜ਼ੀਰਾਂ ਦੀਆਂ ਕੁਰਸੀਆਂ ਤੇ ਲੀਡਰੀ ਚ ਵਾਰੇ ਸਨ ਇੱਕ ਥਾਂ ਸੀ ਅੱਗ ਦੇ ਲੰਬੂ ਪੈ ਸ਼ੂਕ ਦੇ ਵਿੱਚ ਸਨ ਕੁਝ ਬੰਦੇ ਹਾਏ ਹਾਏ ਕੂਕਦੇ ਮੈਂ ਪੁੱਛਿਆ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਵਜ਼ੀਰਾਂ ਦੀਆਂ ਕੋਠੀਆਂ ਤੇ ਲੀਡਰੀ ਚ ਵਾਰੇ ਸਨ ਇੱਕ ਥਾਂ ਸੀ ਅੱਗ ਦੇ ਲੰਬੂ ਪੈ ਸ਼ੂਕ ਦੇ ਵਿੱਚ ਸਨ ਕੁਝ ਬੰਦੇ ਹਾਏ ਹਾਏ ਕੂਕਦੇ ਮੈਂ ਪੁੱਛਿਆ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਨੇ ਚੁੱਪ ਕਰ ਮੂਰਖ ਹੈ ਜੱਜ ਸਾਹਿਬਾਨ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਚੁੱਪ ਕਰ ਮੂਰਖ ਹੈ ਜੱਜ ਸਾਹਿਬਾਨ ਨੇ ਪੂਰਾ ਮਾਫ਼ੀ ਮੰਗੀ ਸਜਦਾ ਮੈਂ ਕਰਕੇ ਬੀਪੀ ਮੇਰਾ ਸ਼ੂਟ ਕੀਤਾ ਉੱਥੇ ਡਰ ਡਰ ਕੇ ਉਹਨੇ ਚਲ ਭੱਜ ਤੁਹਾਡੀ ਆਣ ਕੇ ਜਗਾ ਦਿੱਤਾ ਮੈਂ ਹੱਥ ਚੁੰਮੀ ਉਹਦੇ ਜਿਵੇਂ ਦੋਸਤ ਨੂੰ ਬਚਾ ਦਿੱਤਾ।